बीते दिनी श्रोमणी गुरुद्वारा प्रबंधक कमेटी वालों फतेहगढ़ साहिब विखे सिख वातावरण दिवस मनाया गया। इस मौके ते श्रोमणी कमेटी मेंबर करनैल सिंह पंजोली अते रविंदर सिंह खालसा वालों पौधे लगाए गए, जदों के दूसरे पासे श्रोमणी कमेटी दे अदारे बाबा बंदा सिंह बहादुर इंजीनियरिंग कॉलेज फतेहगढ़ साहिब दे विद्यार्थियां अते स्टाफ वालों सिख वातावरण दिवस बड़े उत्साह नाल कॉलेज कैंपस विच मनाया गया। अज साडे कॉलेज विच सिख एनवायरमेंट डे मनाया गया, तो उहदे विच सारिआं ने ग्रीन ड्रैस पा के एक ग्रीनरी का इफेक्ट दिता, तो कॉलेज दे विच बूटे लाए गए, कॉलेज के सारे आले दुआले सफाई की गई, स्टूडेंट ने पूरा एफर्ट किया, तो कॉलेज असी अपने तो ही इनिशिएट किया भी एक एक बंदा जे अपने तो स्टार्ट करेगा फिर ही अपने एनवायरमेंट को असी साफ रख सकांगे। जिन्हें एनवायरमेंट दिन ब दिन खराब होता जा रहा है, जे असी एक एक बूटा लईए सारे जाने तो असी इसनू ठीक कर सकते हैं, जिहड़ी हवा खराब होती जा रही है उहनू ठीक कर सकते हैं। इस मौके ते कॉलेज के विद्यार्थियों वालों वातावरण संभाल लई जागरूक करदी रैली भी कढ़ी गई। ਸਾਡੇ ਸਾਰੇ ਟੀਚਰਸ ਨੇ, ਸਾਡੇ ਸਾਰੇ ਸਟੂਡੈਂਟਸ ਨੇ ਇੱਕੋ ਸਿੱਖ ਡੇ ਬਣਾਇਆ ਹੈਗਾ। ਅੱਜ ਸਿੱਖ ਇਨਵਾਇਰਮੈਂਟ ਡੇ ਮਨਾਇਆ ਗਿਆ ਹੈ। ਕਲੱਬ ਇੱਕ ਨਵਾਂ ਬਣਾਇਆ ਹੈਗਾ ਜਿਹਦੇ ਅੰਡਰ ਆਪਣੇ ਸਾਰੀਆਂ ਇੱਕੋ ਕਲੱਬ ਦੀਆਂ ਐਕਟੀਵਿਟੀਜ਼ ਹੋਇਆ ਕਰੂਗੀਆਂ, ਇਨਵਾਇਰਮੈਂਟ ਦੇ ਰਿਲੇਟਡ ਐਕਟੀਵਿਟੀਜ਼ ਹੋਇਆ ਕਰੂਗੀਆਂ। ਸੜਕਾਂ 'ਤੇ ਕੂੜਾ ਕਰਕਟ ਜਿੰਨਾ ਵੀ ਵੇਸਟ ਮਟੀਰੀਅਲ ਸੀਗਾ ਉਹ ਅਸੀਂ ਚੱਕ ਕੇ ਇੱਕ ਪਾਸੇ ਇਕੱਠਾ ਕਰ ਦਿੱਤਾ, ਉਹ ਚੱਕਿਆ ਜਾਊਗਾ। ਉਸ ਤੋਂ ਬਾਅਦ ਆਪਣੇ ਗਰਮੀਆਂ ਦੇ ਵਿੱਚ ਚਿੜੀਆਂ ਦੇ ਲਈ ਪਾਣੀ ਦਾ ਇੰਤਜ਼ਾਮ ਕੀਤਾ ਗਿਆ, ਪੋਟਸ ਟਰੀਜ਼ ਦੇ ਉੱਤੇ ਲਗਾਏ ਗਏ ਨੇ, ਉਹ ਤੋਂ ਪਾਣੀ ਪੀ ਸਕਦੇ ਨੇ। ਅੱਜ ਬੂਟੇ ਵੀ ਨਵੇਂ ਕੁਛ ਲਗਾਏ ਗਏ ਨੇ, ਅਤੇ ਵਹੀਕਲ ਫਰੀ ਡੇ ਸੀਗਾ ਅੱਜ ਸਾਡੇ ਕਾਲਜ ਦੇ ਵਿੱਚ। ਆਪਾਂ ਕੋਈ ਵੀ ਵਹੀਕਲ ਅੰਦਰ ਨਹੀਂ ਆਉਣ ਦਿੱਤਾ, ਅਤੇ ਆਪਣੇ ਇੱਕ ਪੋਸਟਰ ਮੇਕਿੰਗ ਕੰਪੀਟੀਸ਼ਨ ਵੀ ਹੋਇਆ ਜੀ। ਉਮੀਦ ਆ ਵੀ ਸਾਰੇ ਪਾਸੇ ਆਪਾਂ ਸਾਰੇ ਸੰਸਾਰ ਦੇ ਵਿੱਚ ਇੱਕੋ ਸਿੱਖ ਡੇ ਮਨਾਇਆ ਜਾਵੇ, ਇੱਕ ਦਿਨ ਨਹੀਂ 365 ਦਿਨ ਮਨਾਇਆ ਜਾਵੇ ਜੀ, ਤਾਂ ਕਿ ਆਪਣੇ ਇਨਵਾਇਰਮੈਂਟ ਸਾਫ਼ ਸੁਥਰਾ ਰਹੇ। ਇਸ ਮੌਕੇ ਤੇ ਕਰਨੈਲ ਸਿੰਘ ਪੰਜੋਲੀ ਤੇ ਕਾਲਜ ਪ੍ਰਿੰਸੀਪਲ ਮੇਜਰ ਜਨਰਲ ਡਾਕਟਰ ਗੁਰਚਰਨ ਸਿੰਘ ਲਾਂਬਾ ਨੇ ਕਿਹਾ ਕਿ ਵਾਤਾਵਰਣ ਬਾਰੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਚੱਲ ਕੇ ਅਸੀਂ ਧਰਤੀ ਤੇ ਪਰਿਆਵਰਣ ਸੰਤੁਲਨ ਬਣਾਈ ਰੱਖ ਸਕਦੇ ਹਾਂ। ਅੱਜ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿੱਚ ਸਿੱਖ ਇਨਵਾਇਰਮੈਂਟ ਡੇ, ਜੋ ਕਿ ਸੱਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਜੀ ਦਾ ਗੁਰਗੱਦੀ ਦਿਵਸ ਵੀ ਹੈ, ਮਨਾਇਆ ਗਿਆ। ਅੱਜ ਕਾਲਜ ਦੇ ਅੰਦਰ ਵਹੀਕਲ ਫਰੀ ਡੇ ਰੱਖਿਆ ਗਿਆ, ਗ੍ਰੀਨ ਡਰੈਸ ਦੇ ਉੱਤੇ ਜ਼ੋਰ ਦਿੱਤਾ ਗਿਆ, ਜੋ ਕਿ ਸਾਰੇ ਸਟਾਫ ਔਰ ਸਟੂਡੈਂਟਸ ਪਾ ਕੇ ਆਏ। ਨਾਲ ਹੀ ਟ੍ਰੀ ਪਲਾਂਟੇਸ਼ਨ ਦੀ ਇੰਪੋਰਟੈਂਸ ਇਹਨਾਂ ਨੂੰ ਸਮਝਾਈ ਗਈ ਔਰ ਟ੍ਰੀ ਪਲਾਂਟੇਸ਼ਨ ਕੀਤੀ ਵੀ ਗਈ, ਜਿਸ ਦੇ ਮਤਲਬ ਸਾਡੇ ਅੱਜ ਮੁੱਖ ਮਹਿਮਾਨ ਸਰਦਾਰ ਰਵਿੰਦਰਪਾਲ ਸਿੰਘ ਜੀ, ਨਾਲ ਹੀ ਸਾਡੇ ਟਰੱਸਟ ਦੇ ਸੈਕਟਰੀ ਸਾਹਿਬ ਸਰਦਾਰ ਅਮਰਿੰਦਰ ਸਿੰਘ ਜੀ ਲਿਬੜਾ, ਨਾਲ ਕਰਨੈਲ ਸਿੰਘ ਜੀ ਪੰਜੋਲੀ SGC ਮੈਂਬਰ ਔਰ ਟਰੱਸਟ ਦੇ ਮੈਂਬਰ, ਜਿਨ੍ਹਾਂ ਨੇ ਆ ਕੇ ਬੱਚਿਆਂ ਦੇ ਨਾਲ ਇਹ ਸਮਾਜ ਸਾਂਝਾ ਕੀਤਾ। ਇਸ ਦੇ ਵਿੱਚ ਇਸ ਤੋਂ ਇਲਾਵਾ ਇੱਕ ਇਨਵਾਇਰਮੈਂਟ ਰੈਲੀ ਕੱਢੀ ਗਈ, ਜਿਸ ਵਿੱਚ ਬੱਚਿਆਂ ਨੇ ਪੋਸਟਰਸ ਬਣਾਏ, ਉਹਨਾਂ ਦੇ ਕੰਪੀਟੀਸ਼ਨ ਕੀਤੇ ਗਏ ਇਨਵਾਇਰਮੈਂਟ ਦੇ ਮੁਤਾਬਕ, ਗੁਰਬਾਣੀ ਦੇ ਮੁੱਦਿਆਂ ਨੂੰ ਸਾਹਮਣੇ ਰੱਖਦਿਆਂ ਹੋਇਆਂ, ਜਿਸ ਦੇ ਵਿੱਚ ਤਕਰੀਬਨ 200 ਬੱਚਿਆਂ ਨੇ ਪਾਰਟੀਸਪੇਟ ਕੀਤਾ ਔਰ ਉਹ ਪੋਸਟਰਸ ਬਣਾਏ। ਨਾਲ ਸੰਦੇਸ਼ਾ ਦੇਣਗੇ ਕਿ ਸਾਨੂੰ ਆਪਣੀ ਇਨਵਾਇਰਮੈਂਟ ਦੇ ਮੁਤਾਬਕ ਕਿਸ ਤਰ੍ਹਾਂ ਸਜਗ ਰਹਿਣ ਦੀ ਲੋੜ ਹੈ ਔਰ ਕਿਸ ਤਰ੍ਹਾਂ ਐਕਸ਼ਨ ਸਾਨੂੰ ਲੈਣਾ ਚਾਹੀਦਾ ਹੈ, ਸਿਰਫ ਆਪਣੀ ਸੋਚ ਤੱਕ ਹੀ ਨਹੀਂ ਰੱਖਣਾ। ਜਿਸ ਤਰ੍ਹਾਂ ਕਿ ਫਿਜ਼ੀਕਲ ਇਨਵਾਇਰਮੈਂਟ ਦੀ ਇੰਪੋਰਟੈਂਸ ਆਉਂਦੀ ਹੈ, ਇਸੇ ਤਰ੍ਹਾਂ ਸਾਡੀ ਜੋ ਸਪਿਰਚੁਅਲ ਇਨਵਾਇਰਮੈਂਟ ਹੈ, ਸਾਡੇ ਆਂਤਰਿਕ ਸ਼ੁੱਧਤਾ ਦੀ ਵੀ ਜ਼ਰੂਰਤ ਹੈ, ਜੋ ਕਿ ਗੁਰਬਾਣੀ ਦੇ ਮੁੱਦਿਆਂ ਦੇ ਮੁਤਾਬਕ ਉਹ ਸਾਨੂੰ ਕਰਨ ਦੀ ਲੋੜ ਹੈ। ਸਿੱਖ ਗੁਰੂ ਸਾਹਿਬਾਨ ਜੀ ਨੇ ਸਰਬੱਤ ਦੇ ਭਲੇ ਲਈ ਬਹੁਤ ਸਾਰੇ ਕਾਰਜ ਜਿਹੜੇ ਨੇ ਗੁਰੂ ਸਾਹਿਬ ਨੇ ਕੀਤੇ। ਉਸ ਦਿਨ ਨੂੰ ਸਮਰਪਿਤ ਸਮੁੱਚੇ ਖਾਲਸਾ ਪੰਥ ਵੱਲੋਂ ਉਹਨਾਂ ਦੀ ਪਵਿੱਤਰ ਯਾਦ ਵਿੱਚ ਅੱਜ ਦਾ ਦਿਨ ਜਿਹੜਾ ਉਹ ਸਿੱਖ ਵਾਤਾਵਰਨ ਦਿਵਸ ਵਜੋਂ ਮਨਾਉਣ ਦਾ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੇਚੇ ਤੌਰ 'ਤੇ ਕੀਤਾ ਗਿਆ, ਅਤੇ ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਅੱਜ ਬੂਟੇ ਲਾ ਕੇ ਇਹ ਵਾਤਾਵਰਨ ਦਿਵਸ ਜਿਹੜਾ ਇਹ ਮਨਾਉਣਾ ਕੀਤਾ, ਅਤੇ ਇਹਦੇ ਲਈ ਮੈਂ ਸਮੁੱਚੀ ਮਾਨਵਤਾ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਯਤਨ ਕਰੋ ਆਪਾਂ ਸਾਰੇ ਵਾਤਾਵਰਨ
ਦੀ ਸ਼ੁੱਧਤਾ ਲਈ ਆਪਣੇ ਘਰਾਂ ਵਿੱਚ, ਆਪਣੇ ਵਿਹੜਿਆਂ ਵਿੱਚ, ਆਪਣੇ ਹੋਰ ਬਾਗਾਂ ਵਿੱਚ, ਖੇਤਾਂ ਵਿੱਚ, ਜਿੱਥੇ ਕਿਤੇ ਵੀ ਥਾਂ ਹੈ, ਇਹ ਜ਼ਰੂਰ ਇੱਕ ਇੱਕ ਬੂਟਾ ਅੱਜ ਦੇ ਦਿਨ ਲਾ ਕੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਆਪਣਾ ਸ਼ਰਧਾ ਸਤਿਕਾਰ ਭੇਟ ਕਰਨ।